ਪ੍ਰੀਮੀਅਰ ਸ਼ੁਰੂ ਹੋਣ ਵਾਲਾ ਹੈ ਅਤੇ ਪ੍ਰੀਮੀਅਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਸਵੀਟ ਜਿਹੀ ਕੁੜੀ ਤੁਹਾਡੀ ਫੇਵਰੇਟ ਤਾਨੀਆ ਕਿਸਮਤ ਫੇਮ ਸਾਨੂੰ ਮਿਲ ਚੁੱਕੇ ਹਾਂ ਅਤੇ ਆ ਜਾਓ ਉਹਨਾਂ ਨਾਲ ਕਰਦੇ ਹਾਂ ਇੱਕ ਮਿੰਟ ਦੀ ਗੱਲਬਾਤ। ਤਾਨੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਗਰੁੱਪ 'ਤੇ ਇੱਕ ਵਾਰੀ ਫੇਰ ਤੋਂ। ਥੈਂਕ ਯੂ ਸੋ ਮਚ। ਅਤੇ ਫਾਈਨਲੀ ਹੁਣ ਪਹਿਲਾਂ ਤਾਂ ਤੁਸੀਂ ਉੜਾ ਐਡਾ ਨੂੰ ਕੀ ਮੈਸੇਜ ਦੇਣਾ ਚਾਹੋਗੇ, ਆਪਣੀ ਵਿਸ਼ਿਜ਼ ਦੇ ਦਿਓ ਇੱਕ ਵਾਰੀ। ਆਲ ਦਾ ਵੈਰੀ ਬੈਸਟ, ਯਾ ਆਮ ਕਮਿੰਗ, ਆਮ ਸੋਰੀ ਅਬਾਊਟ ਇਟ, ਆਲ ਦਾ ਵੈਰੀ ਬੈਸਟ ਟੂ ਹੋਲ ਉੜਾ ਐਡਾ ਟੀਮ ਐਂਡ ਚ ਨੀਰੂ ਬਾਜਵਾ ਜੀ ਹੈਗੇ ਨੇ, ਸ਼ੀ ਇਜ਼ ਵਨ ਆਫ ਮਾਈ ਫੇਵਰੇਟ ਫੇਵਰੇਟ, ਸੋ ਮੈਨੂੰ ਪਤਾ ਹੈ ਮੂਵੀ ਬਹੁਤ ਹੀ ਵਧੀਆ ਕਰੇਗੀ ਐਂਡ ਇਟਸ ਗੋਨ ਗਿਵ ਅ ਵੈਰੀ ਪੋਜ਼ਿਟਿਵ ਮੈਸੇਜ ਟੂ ਆਲ ਦੀ ਪੰਜਾਬੀ ਆਡੀਅੰਸ, ਸਾਰਿਆਂ ਨੂੰ ਹੀ ਇੱਕ ਬੜਾ ਵਧੀਆ ਮੈਸੇਜ ਦੇ ਰਹੀ ਹੈ। ਉੜਾ ਐਡਾ ਇਜ਼ ਸਮਥਿੰਗ ਜੋ ਮੈਨੂੰ ਲੱਗਦਾ ਹੈ ਕਿ ਆਪਣੀ ਲੈਂਗੁਏਜ ਤੁਹਾਨੂੰ ਬੋਲਣੀ ਪੜ੍ਹਨੀ ਚੰਗੀ ਤਰ੍ਹਾਂ ਆਉਣੀ ਚਾਹੀਦੀ ਹੈ, ਬਾਅਦ 'ਚ ਕਮਿਊਨੀਕੇਟ ਜਿਹਦੇ ਮਰਜ਼ੀ ਵਿੱਚ ਕਰੋ। ਸੋ ਬਿਲਕੁਲ, ਅਤੇ ਉਸ ਤੋਂ ਬਾਅਦ ਹੁਣ ਗੁੱਡੀਆਂ ਪਟੋਲੇ ਵੀ ਆਉਣ ਵਾਲੀ ਹੈ, ਬਿਲਕੁਲ ਇੱਕ ਸਮਾਈਲ ਤੋਂ ਪਤਾ ਲੱਗ ਰਿਹਾ। ਅਤੇ ਇੱਦਾਂ ਹੀ ਆਪਾਂ ਤੁਹਾਨੂੰ ਵੀ ਮਿਲਾਂਗੇ, ਫਿਰ ਤੁਹਾਨੂੰ ਪੁੱਛਾਂਗੇ ਵੀ ਗੁੱਡੀਆਂ ਪਟੋਲੇ ਬਾਰੇ ਤੁਹਾਡਾ ਕੀ ਕਹਿਣਾ। ਤਦ ਤੱਕ ਤੁਹਾਨੂੰ ਆਪਾਂ ਮਿਲਦੇ ਮੂਵੀ ਤੋਂ ਬਾਅਦ, ਠੀਕ ਹੈ। ਇੱਕ ਵਾਰੀ ਮੂਵੀ 'ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਗੁੱਡੀਆਂ ਪਟੋਲੇ ਵਾਸਤੇ ਥੋੜ੍ਹਾ ਜਿਹਾ ਕੁਝ ਦੱਸਣਾ ਚਾਹੋਗੇ ਆਪਣੀ ਆਡੀਅੰਸ ਜੀ? ਗੁੱਡੀਆਂ ਪਟੋਲੇ ਇੱਕ ਬਹੁਤ ਹੀ ਵਨ ਆਫ ਇਟਸ ਕਾਈਂਡ ਮੂਵੀ ਐਂਡ ਬਹੁਤ ਹੀ ਵਧੀਆ ਇੰਜੋਏ ਕਰੋਗੇ ਫਰੋਮ ਐਵਰੀ ਐਸਪੈਕਟ ਆਫ ਦੀ ਮੂਵੀ। ਐਂਡ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ, ਇਸੇ ਦੇ ਨਾਲ ਨਾਲ ਰੱਬ ਦਾ ਰੇਡੀਓ 2 ਵੀ ਰਿਲੀਜ਼ ਹੋ ਰਹੀ ਹੈ, ਉਹਦੇ 'ਚ ਵੀ ਮੈਂ ਐਂਡ ਇਟਸ 29th ਆਫ ਮਾਰਚ, ਮੇਰੀਆਂ ਦੋਵੇਂ ਮੂਵੀਜ਼ ਪਲੀਜ਼ ਵੇਖ ਕੇ ਆਉਣਾ। ਐਂਡ ਬਾਕੀ ਡੀਟੇਲ 'ਚ ਮੈਂ ਜਲਦੀ ਤੁਹਾਡੇ ਨਾਲ ਸਾਹਮਣੇ ਹਾਜ਼ਰ ਹੋਵਾਂਗੀ। ਬਿਲਕੁਲ ਤਾਂ ਜੀ, ਬਹੁਤ ਹੀ ਜਲਦ ਮਿਲਦੇ ਤਾਨੀਆ ਨੂੰ ਇੱਕ ਵਾਰੀ ਫਿਰ ਤੋਂ। ਹੁਣ ਦਿਓ ਇਜਾਜ਼ਤ ਕਿਉਂਕਿ ਮੂਵੀ ਸ਼ੁਰੂ ਹੋ ਚੁੱਕੀ ਹੈ। ਓਕੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪ, ਤਾਂ ਸਾਡੇ ਨਾਲ ਬਹੁਤ ਹੀ ਇੰਪੋਰਟੈਂਟ ਗੈਸਟ ਜੁੜ ਚੁੱਕੇ ਨੇ ਅੱਜ, ਕੁਲਬੀਰ ਚਿੰਜਰ ਜੀ। ਭਾਅ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਭਾਅ ਜੀ ਤੁਹਾਡਾ ਪੰਜਾਬੀ ਗਰੁੱਪ 'ਤੇ। ਥੈਂਕ ਯੂ ਜੀ, ਥੈਂਕ ਯੂ। ਅਤੇ ਭਾਅ ਜੀ, ਉੜਾ ਐਡਾ ਮੂਵੀ ਤੁਸੀਂ ਦੇਖ ਕੇ ਆਏ ਹੋ, ਫੁੱਲ ਮੂਵੀ ਤੁਸੀਂ ਦੇਖੀ ਹੈ, ਸਭ ਤੋਂ ਪਹਿਲਾਂ ਤਾਂ ਤੁਹਾਡੇ ਰਿਵਿਊਜ਼ ਜਾਣਨਾ ਚਾਹਾਂਗੇ ਵੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੂਵੀ ਬਾਰੇ। ਬਹੁਤ ਸੋਹਣੀ ਮੂਵੀ ਆ, ਮੂਵੀ ਦਾ ਇਮੋਸ਼ਨਲ ਪਾਰਟ ਹੈ ਜਿਹੜਾ, ਹੈ ਨਾ, ਅਤੇ ਜਿਹੜਾ ਕੁਛ ਮਤਲਬ ਹਰੇਕ ਬੰਦਾ ਜਦੋਂ ਮੂਵੀ ਦੇਖਦਾ ਤਾਂ ਉਹ ਇਹ ਦੇਖਦਾ ਕਿ ਇਹ 'ਚ ਮੈਸੇਜ ਕੀ ਹੈ ਮੂਵੀ ਦੇ ਵਿੱਚ, ਹੈ ਨਾ। ਮੈਸੇਜ ਬਹੁਤ ਵਧੀਆ ਦਿੱਤਾ ਗਿਆ। ਬਾਕੀ ਇਹ ਹੈ ਕਿ ਮੈਂ ਪਹਿਲੀ ਵਾਰੀ ਦੇਖੀ ਹੈ ਇਸ ਟੋਪਿਕ 'ਤੇ ਕੋਈ ਮੂਵੀ ਬਣੀ, ਤਾਂ ਵਧਾਈ ਦਿੰਦਾ ਮੈਂ ਸਾਰੀ ਟੀਮ ਨੂੰ, ਸਪੈਸ਼ਲੀ ਤਰਸੇਮ ਨੂੰ। ਇਹ ਉਹਨੇ ਬਹੁਤ ਜ਼ਿਆਦਾ ਵਧੀਆ ਇੱਕ ਕਨਸੈਪਟ ਚੂਜ਼ ਕਰਕੇ ਮੂਵੀ ਬਣਾਈ ਆ। ਇੱਦਾਂ ਦੀਆਂ ਮੂਵੀਜ਼ ਹੋਰ ਵੀ ਆਉਣੀਆਂ ਚਾਹੀਦੀਆਂ ਨੇ, ਇਹਨਾਂ ਨਾਲ ਐਂਟਰਟੇਨਮੈਂਟ ਦੇ ਨਾਲ ਨਾਲ ਕੁਛ ਸਿੱਖਣ ਨੂੰ ਵੀ ਮਿਲੇ, ਤਾਂ ਇਹ ਹਮੇਸ਼ਾ ਇੱਦਾਂ ਦਾ ਹੀ ਕੰਮ ਕਰਦਾ ਇਹ, ਹੈ ਨਾ। ਮੈਨੂੰ ਵਧਾਈ ਆ ਇਸ ਚੀਜ਼ ਦੀ। ਇੱਕ ਵਾਰੀ ਆਪਣੀ ਆਡੀਅੰਸ ਨੂੰ ਵੀ ਜਿਹੜੇ ਕਿ ਉੜਾ ਐੜਾ ਅਸਲੀਅਤ, ਕਿਉਂਕਿ ਇਹ ਫਿਲਮ ਜਿਹੜੀ ਹੈ ਬਿਲਕੁਲ ਰਿਐਲਿਟੀ 'ਤੇ ਬਣੀ ਹੈ, ਹੈ ਨਾ ਭਾਜੀ। ਅਤੇ ਜਿਹੜੀ ਆਡੀਅੰਸ, ਜਿਹੜੀ ਪੰਜਾਬੀ ਜਨਤਾ ਜਿਹੜੀ ਭੁੱਲਦੀ ਜਾ ਰਹੀ ਹੈ ਆਪਣੀ ਮਾਂ ਬੋਲੀ ਨੂੰ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਮੈਂ ਇੱਕ ਰਸੂਲ ਹਮਜ਼ਾ ਤੋਂ ਰਾਈਟਰ ਹੋਏ ਨੇ, ਉਹਨਾਂ ਨੇ ਕਿਤਾਬ ਲਿਖੀ ਸੀ ਮੇਰਾ ਦਾਗਿਸਤਾਨ, ਤਾਂ ਉਹਨਾਂ ਨੇ ਕਿਹਾ ਸੀ ਕਿ ਇੱਕ ਉਹਦੇ ਵਿੱਚ ਲੇਡੀ ਹੈ, ਉਹਨੂੰ ਕੋਈ ਮੈਸੇਜ ਦਿੰਦਾ ਬੰਦਾ ਆ ਕੇ ਕਿ ਉਹਦਾ ਪੁੱਤ ਹੁੰਦਾ ਜਿਹੜਾ ਕਿਤੇ ਫੋਰਨ ਦੂਰ ਜਾ ਕੇ ਰਹਿਣ ਲੱਗ ਜਾਂਦਾ, ਉਹਨੂੰ ਕੋਈ ਬੰਦਾ ਆ ਕੇ ਮਿਲਦਾ, ਉਹਨੂੰ ਕਹਿੰਦਾ ਕਿ ਮੈਨੂੰ ਤੇਰਾ ਪੁੱਤ ਮਿਲਿਆ ਸੀ ਉੱਥੇ, ਪਰ ਉਹ ਹੁਣ ਆਪਣੀ ਮਾਂ ਬੋਲੀ ਨਹੀਂ ਬੋਲਦਾ, ਹੁਣ ਉਹ ਉੱਥੇ ਦੀ ਭਾਸ਼ਾ ਬੋਲਦਾ। ਉਹ ਕਹਿੰਦੀ ਕਿ ਮੇਰਾ ਪੁੱਤ ਮੇਰੇ ਲਈ ਮਰ ਗਿਆ ਅੱਜ ਤੋਂ। ਉਹ ਕਹਿੰਦਾ ਐਵੇਂ ਕਿਉਂ ਕਿਹਾ? ਕਹਿੰਦੀ ਵੀ ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਗਿਆ, ਵੀ ਉਹ ਜਿਉਂਦਾ ਨਹੀਂ, ਉਹ ਇੱਕ ਤਰ੍ਹਾਂ ਨਾਲ ਮਾਰੀ ਚੁੱਕਿਆ। ਵੀ ਮੈਂ ਉਹ ਗੱਲ ਕਹਿਣੀ ਚਾਹੁੰਦਾ, ਮਾਂ ਬੋਲੀ ਸਪੈਸ਼ਲੀ ਸਾਨੂੰ ਤਾਂ ਖਾਣ ਨੂੰ ਮਾਂ ਬੋਲੀ ਦੇ ਰਹੀ ਹੈ, ਅਸੀਂ ਤਾਂ ਹਮੇਸ਼ਾ ਹੀ ਰਿਣੀ ਹਾਂ ਮਾਂ ਬੋਲੀ ਦੇ, ਪਰ ਸਭ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਹਾਂ, ਸਿੱਖੋ ਅੰਗਰੇਜ਼ੀ, ਬਹੁਤ ਲਾਜ਼ਮੀ ਹੈ ਸਿੱਖਣੀ, ਅੱਜ ਦੇ ਟਾਈਮ ਦੇ ਵਿੱਚ ਇੰਟਰਨੈਸ਼ਨਲ ਲੈਂਗੁਏਜ ਆ, ਬਟ ਮਾਂ ਬੋਲੀ ਨੂੰ ਭੁੱਲਣਾ ਕੋਈ ਇਨਸਾਫ ਨਹੀਂ ਹੈਗਾ ਮਾਂ ਬੋਲੀ ਦੇ ਨਾਲ। ਬਾਕੀ ਤੁਸੀਂ ਆਪ ਸਾਰੇ ਸਮਝਦਾਰ ਹੋ, ਮੇਰੇ ਤੋਂ ਵੱਧ ਸਿਆਣੇ ਹੋ। ਬਸ ਇੱਕ ਵਾਰੀ ਜਾਣ ਤੋਂ ਪਹਿਲਾਂ ਆਡੀਅੰਸ ਨੂੰ ਕਹਿ ਦਿਓ ਕਿ ਉੜਾ ਐੜਾ ਜ਼ਰੂਰ ਦੇਖਣ। ਹਾਂ, ਮੈਂ ਸਾਰਿਆਂ ਨੂੰ ਕਹੂੰਗਾ ਜੀ ਕਿ ਜ਼ਰੂਰ ਦੇਖੋ ਉੜਾ ਐੜਾ, ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਤਾਂ ਜੀ, ਹੁਣ ਇੱਕ ਹੋਰ ਗੈਸਟ ਸਾਡੇ ਨਾਲ ਜੁੜ ਚੁੱਕੇ ਨੇ, ਐਮੀ ਵਿਰਕ ਭਾਅ ਜੀ। ਭਾਅ ਜੀ, ਸਤਿ ਸ਼੍ਰੀ ਅਕਾਲ। ਪਿਆਰ ਪਿਆਰ, ਬਹੁਤ ਬਹੁਤ ਸਵਾਗਤ ਹੈ ਭਾਅ ਜੀ। ਅਤੇ ਉੜਾ ਐੜਾ ਮੂਵੀ ਤੁਸੀਂ ਦੇਖ ਕੇ ਆਇਓ, ਬਸ ਬਰੀਫ 'ਚ ਦੱਸ ਦਿਓ ਤੁਹਾਨੂੰ ਕਿੱਦਾਂ ਦੀ ਲੱਗੀ ਮੂਵੀ ਅਤੇ ਕਨਸੈਪਟ ਬਾਰੇ ਤੁਹਾਡਾ ਕੀ ਕਹਿਣਾ? ਬਰੀਫ 'ਚ ਫਿਲਮ ਕਦੇ ਵੀ ਨਹੀਂ ਦੱਸੀ ਦਿੰਦੀ ਵੇਖ ਕੇ, ਅਤੇ ਫਿਲਮ ਬੜੀ ਵਧੀਆ ਲੱਗੀ। ਜਦੋਂ ਥੀਏਟਰ 'ਤੇ ਆ ਕੇ ਦੇਖੋਗੇ ਤੁਹਾਨੂੰ ਬੜੇ ਸੋਹਣੇ ਮੈਸੇਜ ਅਤੇ ਬੜਾ ਲਾਈਕ ਮੀਨਿੰਗਫੁਲ ਸਿਨੇਮਾ ਵੇਖਣ ਨੂੰ ਮਿਲੂਗਾ। ਅਤੇ ਪਲੀਜ਼ ਤੁਸੀਂ ਜਾਇਓ, ਆਪਣੀ ਫੈਮਲੀਜ਼ ਦੇ ਨਾਲ ਜਾਇਓ, ਅਤੇ ਜਿਹੜੇ ਨਿਆਣੇ ਆ ਆਪਣੇ ਪੇਰੈਂਟਸ ਨੂੰ ਜ਼ਰੂਰ ਲੈ ਕੇ ਜਾਇਓ ਫਿਲਮ ਜਾ ਕੇ ਵੇਖਿਓ। ਅਤੇ ਜਿੰਨੇ ਵੀ ਮਤਲਬ ਇੰਗਲਿਸ਼ ਮੀਡੀਅਮ ਸਕੂਲ ਨੇ ਜਾਂ ਪੰਜਾਬੀ ਮੀਡੀਅਮ ਸਕੂਲ ਨੇ, ਉਹਨਾਂ ਦੇ ਮਤਲਬ ਜਿਹੜੀ ਫੈਕਲਟੀ ਮੈਂਬਰ ਨੇ ਜਾਂ ਉਹਨਾਂ ਦੇ ਅਧਿਆਪਕ ਨੇ, ਉਹ ਫਿਲਮ ਜ਼ਰੂਰ ਵੇਖਣ ਜਾ ਕੇ। ਜਾਣ ਤੋਂ ਪਹਿਲਾਂ ਤਰਸੇਮ ਭਾਅ ਜੀ ਨੂੰ ਕੀ ਵਿਸ਼ੇਸ਼ ਦੇਣਾ ਚਾਹੁੰਦਾ? ਮੇਰੇ ਵੱਲੋਂ ਵਧਾਈਆਂ ਤਰਸੇਮ ਭਾਅ ਜੀ, ਸਾਡੇ ਮਤਲਬ ਵੱਡੇ ਭਰਾ ਆ, ਅਤੇ ਮੈਂ ਕੋਲ ਹੀ ਬੈਠਾ ਸੀ ਉਹਨਾਂ ਦੇ ਕੋਲ ਹੀ ਬਹਿ ਕੇ ਫਿਲਮ ਵੇਖੀ ਹੈ, ਸੋ ਮੈਂ ਉਹਨਾਂ ਨੂੰ ਮੌਕੇ 'ਤੇ ਵੀ ਵਧਾਈਆਂ ਦੇ ਆ। ਅਸੀਂ ਤਾਂ ਮੇਰੇ ਅਗਾਂਹ ਫਿਊਚਰ ਵਾਸਤੇ ਵੀ ਆਉਣ ਵਾਲੇ ਸਮੇਂ ਵਾਸਤੇ ਵੀ ਜਿੰਨੇ ਵੀ ਫਿਲਮ ਆਉਣੀਆਂ ਜਾਂ ਜਿਹੜੇ ਜਿਹੜੇ ਵੀ ਗੀਤ ਜਾਂ ਕੰਮ ਆਉਣੇ ਨੇ, ਕੋਈ ਵੀ ਸ਼ਲਾਘਾਯੋਗ ਕੰਮ ਹੋਣਗੇ ਤਾਂ ਡੈਫੀਨੇਟਲੀ ਉਹ ਸੁਣਾਵਾਂਗੇ। ਅਤੇ ਮੇਰੇ ਵੱਲੋਂ ਭਾਅ ਜੀ ਨੂੰ ਬਹੁਤ ਬਹੁਤ ਵਧਾਈਆਂ। ਸਿੰਮੀ ਚਹਿਲ ਜੀ ਸਾਨੂੰ ਮਿਲ ਚੁੱਕੇ ਨੇ, ਅਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਉੜਾ ਐੜਾ ਦੇਖ ਕੇ ਆਇਓ, ਕਿੱਦਾਂ ਦੀ ਲੱਗੀ ਮੂਵੀ?
ਲਵ ਆਪਾਂ ਤੁਹਾਨੂੰ ਮਿਲਦੇ ਹਾਂ ਰੱਬ ਦਾ ਰੇਡੀਓ 2 ਦੇ ਵਿੱਚ। ਜੀ 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 ਬਿਲਕੁਲ।